ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਜਦੋਂ ਤੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਨੇ ਉਦੋਂ ਤੋਂ ਹੀ ਉਹਨਾਂ ਨੇ ਕਈ ਅਜਿਹੇ ਫੈਸਲੇ ਲਏ ਨੇ ਜਿਨ੍ਹਾਂ ਫੈਸਲਿਆਂ ਦੇ ਨਾਲ ਸਿੱਖ ਧਰਮ ਦੇ ਵਿੱਚ, ਸਿੱਖ ਕੌਮ ਦੇ ਵਿੱਚ ਖਾਸ ਤੌਰ ਤੇ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ। ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਤੋਂ ਲੈ ਕੇ ਅਤੇ ਕੱਲ੍ਹ ਦੇ ਟਵੀਟ ਤੱਕ ਇਮਰਾਨ ਖਾਨ ਨੇ ਅਜਿਹੇ ਫੈਸਲੇ ਲਏ ਨੇ ਜਿਨ੍ਹਾਂ ਦੇ ਵਿੱਚ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਉਹਨਾਂ ਦੀ ਬੜੀ ਵਾਹਵਾਈ ਹੋਈ ਹੈ। ਹੁਣ ਉਹਨਾਂ ਨੇ ਜੋ ਪਾਸਪੋਰਟ ਦੀ ਸ਼ਰਤ ਸੀ ਉਹ ਵੀ ਟਵੀਟ ਕਰਕੇ ਹਟਾ ਦਿੱਤੀ ਹੈ। ਇਸ ਤਰ੍ਹਾਂ ਇਮਰਾਨ ਖਾਨ ਇਹ ਫੈਸਲੇ ਲੈਣ ਦੇ ਵਿੱਚ ਬਾਜ਼ੀ ਮਾਰਦੇ ਦਿਖਾਈ ਦਿੰਦੇ ਨੇ, ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਾਰੇ ਮਸਲੇ ਦੇ ਵਿੱਚ ਫਾਟੀ ਰਹਿੰਦੇ ਦਿਖਾਈ ਦਿੰਦੇ ਨੇ। ਕੁਝ ਵੀ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕੇ, ਚੰਗੀ ਤਰ੍ਹਾਂ ਨਹੀਂ ਕਰ ਸਕੇ। ਪਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਮਰਾਨ ਖਾਨ ਦੇ ਇਸ ਟਵੀਟ ਤੋਂ ਬਾਅਦ, ਇਸ ਵੱਡੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਕੀ ਕਹਿਣਾ, ਉਹ ਧੰਨਵਾਦ ਕਰਦੇ ਦਿਖਾਈ ਦਿੰਦੇ ਨੇ। ਖਾਸ ਕਰਕੇ ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਜਿਹੜੀ ਪਾਸਪੋਰਟ ਦੀ ਜਿਹੜੀ ਸ਼ਰਤ ਹਟਾਈ ਆ, ਇਹਨਾਂ ਦਾ ਮੈਂ ਕੋਟ-ਕੋਟ ਧੰਨਵਾਦ ਕਰਦਾ। ਵੈਰੀ ਗੁੱਡ ਕੀਤਾ ਉਹਨਾਂ ਨੇ, ਅੱਛਾ ਕੀਤਾ, ਉਹਦਾ ਮੈਂ ਧੰਨਵਾਦ ਕਰਨਾ ਚਾਹੁੰਦਾ। ਉਹਨੇ ਜੋ ਢਿੱਲ ਦਿੱਤੀ ਹੈ ਆਪਣੀ ਇਸ ਪੋਸਟ ਦੇ ਵਿੱਚ ਲਿਖਿਆ, ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਪਾਸਪੋਰਟ ਦੀ ਜ਼ਰੂਰਤ ਨੂੰ ਹਟਾਉਂਦੇ ਹੋਏ ਕੇਵਲ ਪਹਿਚਾਣ ਪੱਤਰ ਹੋਣਾ ਚਾਹੀਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਏ ਗਏ ਇਸ ਫੈਸਲੇ ਦੀ ਮੈਂ ਸ਼ਲਾਘਾ ਕਰਦਾ ਹਾਂ। ਨਾਲ ਹੀ ਅਪੀਲ ਕਰਦਾ ਹਾਂ ਕਿ ਉਹ ਇਹ ਸੁਵਿਧਾ ਸਿਰਫ ਸਿੱਖ ਭਾਈਚਾਰੇ ਲਈ ਨਹੀਂ ਸਗੋਂ ਸਾਰੇ ਭਾਈਚਾਰੇ ਦੇ ਲੋਕਾਂ ਲਈ ਰੱਖਣ। ਇਸ ਦੇ ਨਾਲ ਹੀ ਮੈਂ ਇਮਰਾਨ ਖਾਨ ਨੂੰ ਬੇਨਤੀ ਕਰਦਾ ਹਾਂ, ਉਹਨਾਂ ਵੱਲੋਂ ਜੋ 2 ਦਿਨ ਸੰਗਤਾਂ ਵੱਲੋਂ ਵਸੂਲੀ ਜਾ ਰਹੀ ਫੀਸ ਮੁਆਫ ਕੀਤੀ ਗਈ ਹੈ ਉਹ 2 ਦਿਨ ਦੀ ਬਜਾਏ ਸਾਰੇ ਦਿਨਾਂ ਲਈ ਲਾਗੂ ਕਰ ਦੇਣ। ਕੈਪਟਨ ਅਮਰਿੰਦਰ ਸਿੰਘ ਦੀ ਇਸ ਪੋਸਟ ਦਾ ਮਤਲਬ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2 ਮੰਗਾਂ ਇਮਰਾਨ ਖਾਨ ਦੇ ਸਾਹਮਣੇ ਹੋਰ ਰੱਖ ਦਿੱਤੀਆਂ ਨੇ। 1 ਮੰਗ ਹੈ ਕਿ ਜੋ ਸਿੱਖਾਂ ਦੇ ਲਈ ਇਹ ਪਾਸਪੋਰਟ ਜ਼ਰੂਰੀ ਨਹੀਂ ਹੈ, ਇਹ ਸ਼ਰਤ ਲਾਗੂ ਕੀਤੀ ਗਈ ਹੈ, ਇਹ ਸਾਰਿਆਂ ਲਈ ਲਾਗੂ ਹੋਣੀ ਚਾਹੀਦੀ ਹੈ ਕਿ ਕਿਸੇ ਲਈ ਵੀ ਪਾਸਪੋਰਟ ਜ਼ਰੂਰੀ ਨਹੀਂ ਹੋਣਾ ਚਾਹੀਦਾ। ਅਤੇ ਦੂਜੀ ਜੋ ਫੀਸ $20 ਦੀ ਰੱਖੀ ਗਈ ਹੈ ਉਹ ਵੀ ਮੁਆਫ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਖ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦਾ ਰਵੱਈਆ ਇੱਥੇ ਦੇਖਣ ਹੀ ਵਾਲਾ ਹੈ। ਪੰਜਾਬ ਦੇ ਲੋਕ ਬੜੀ ਗੌਰ ਨਾਲ ਪੰਜਾਬ ਦੇ ਮੁੱਖ ਮੰਤਰੀ ਦਾ ਰਵੱਈਆ ਦੇਖ ਰਹੇ ਨੇ। $20 ਦੀ ਫੀਸ ਜੋ ਰੱਖੀ ਗਈ ਹੈ ਉਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਤੱਕ ਕੋਈ ਵੀ ਹੁੰਗਾਰਾ ਨਹੀਂ ਭਰਿਆ, ਸਗੋਂ ਸਿੱਧੇ ਤੌਰ ਤੇ ਮਨਾ ਕਰ ਦਿੰਦੇ ਨੇ ਕਿ ਅਸੀਂ ਪੰਜਾਬ ਸਰਕਾਰ $20 ਦੀ ਫੀਸ ਪੇ ਨਹੀਂ ਕਰੇਗੀ ਕਿਉਂਕਿ ਧਾਰਮਿਕ ਸਥਾਨ ਦੇ ਦਰਸ਼ਨ ਲਈ ਫੀਸ ਨਹੀਂ ਭਰੀ ਜਾਣੀ ਚਾਹੀਦੀ ਹੈ, ਇਸ ਕਰਕੇ ਅਸੀਂ ਨਹੀਂ ਭਰਾਂਗੇ। ਕੱਲ੍ਹ ਤੱਕ ਵੀ ਪੱਤਰਕਾਰ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਦੇ ਰਹੇ ਕਿ ਕੀ ਤੁਹਾਡੀ ਸਰਕਾਰ ਸ਼ਰਧਾਲੂਆਂ ਵੱਲੋਂ ਦਿੱਤੀ ਜਾਣ ਵਾਲੀ $20 ਦੀ ਫੀਸ ਭਰੇਗੀ। ਉਹਨਾਂ ਨੇ ਇੱਕ ਵਾਰ ਫਿਰ ਤੋਂ ਨਾ ਕਰ ਦਿੱਤੀ ਹੈ। ਅਤੇ ਜੇਕਰ ਗੱਲ ਕਰੀਏ ਜੋ ਧਾਰਮਿਕ ਸਮਾਗਮ ਹੋਣੇ ਨੇ, ਜੋ ਸਟੇਜਾਂ ਲੱਗਣੀਆਂ ਨੇ, ਉਸ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨਾਕਾਮ ਰਹੇ ਨੇ। 1 ਸਟੇਜ ਨਹੀਂ ਲੱਗ ਰਹੀ, ਸਟੇਜਾਂ 2 ਲੱਗ ਰਹੀਆਂ ਨੇ, 1 SGPC ਦੀ ਹੈ, ਜਦਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ SGPC ਦੀ ਸਟੇਜ ਨੂੰ ਹੀ ਮੁੱਖ ਸਟੇਜ ਦੱਸ ਦਿੱਤਾ ਹੈ। ਇਸ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਦਮ ਪਿਛਾਂ ਨਹੀਂ ਖਿੱਚੇ ਅਤੇ 2 ਸਟੇਜਾਂ ਲਾਉਣ ਦੀ ਗੱਲ 'ਤੇ ਕੈਪਟਨ ਅਮਰਿੰਦਰ ਸਿੰਘ ਅੜੇ ਹੋਏ ਨੇ। ਇਸ ਤਰ੍ਹਾਂ ਹਰ ਇੱਕ ਕੰਮ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਫੇਲ ਹੁੰਦੇ ਦਿਖਾਈ ਦਿੰਦੇ ਨੇ। ਜਦੋਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੀ ਗੱਲ ਸ਼ੁਰੂ ਹੋਈ ਹੈ, ਸਟੇਜਾਂ ਵੀ 2 ਲੱਗ ਰਹੀਆਂ ਨੇ, $20 ਦੀ ਫੀਸ ਵੀ ਕੈਪਟਨ ਅਮਰਿੰਦਰ ਸਿੰਘ ਪੇ ਨਹੀਂ ਕਰਨਗੇ ਅਤੇ ਇਸ ਤੋਂ ਇਲਾਵਾ ਹੋਰ ਵੀ ਜੋ ਸਹੂਲਤਾਂ ਨੇ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਫੇਲ ਹੁੰਦੇ ਦਿਖਾਈ ਦਿੰਦੇ ਨੇ। ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦੇ ਵਿੱਚ ਸਫਲ ਹੁੰਦੇ ਦਿਖਾਈ ਦਿੰਦੇ ਨੇ। 1 ਤੋਂ ਬਾਅਦ 1 ਫੈਸਲਾ ਇਮਰਾਨ ਖਾਨ ਵੱਲੋਂ ਲਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾਂਦੀ ਹੈ ਅਤੇ ਧੰਨਵਾਦ ਕਰਦੇ ਦਿਖਾਈ ਦਿੰਦੇ ਨੇ ਸਾਰੇ
ਸਿੱਖ ਇਮਰਾਨ ਖਾਨ ਦਾ। ਇੱਥੇ ਇੱਕ ਹੋਰ ਗੱਲ ਕਰਕੇ ਵੀ ਕੈਪਟਨ ਅਮਰਿੰਦਰ ਸਿੰਘ ਸਵਾਲਾਂ ਦੇ ਘੇਰੇ ਵਿੱਚ ਆ ਗਏ ਅਤੇ ਇਮਰਾਨ ਖਾਨ ਨੇ ਬਾਜ਼ੀ ਮਾਰ ਲਈ। ਕਰਤਾਰਪੁਰ ਸਾਹਿਬ ਦਾ ਲਾਂਘਾ ਨਵਜੋਤ ਸਿੰਘ ਸਿੱਧੂ ਦੀ ਪਹਿਲਕਦਮੀ ਦੇ ਕਰਕੇ ਖੁੱਲ ਰਿਹਾ, ਇਹ ਸਾਰੇ ਜਾਣਦੇ ਨੇ। ਪਰ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਗੁੱਠੇ ਲਾ ਦਿੱਤਾ ਸੀ, ਸਾਈਡਲਾਈਨ ਕਰ ਦਿੱਤਾ ਸੀ, ਪਰ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਖਾਸ ਤੌਰ 'ਤੇ ਸੱਦਾ ਦੇ ਦਿੱਤਾ ਹੈ ਉਦਘਾਟਨੀ ਸਮਾਰੋਹ ਦੇ ਲਈ। ਉੱਥੇ ਵੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀਆਂ ਨਜ਼ਰਾਂ ਵਿੱਚ ਡਿੱਗ ਗਏ ਅਤੇ ਇਮਰਾਨ ਖਾਨ ਦਾ ਕੱਦ ਹੋਰ ਵੀ ਵੱਧ ਗਿਆ। ਇਸ ਤਰ੍ਹਾਂ ਹਰ ਪਾਸਿਓਂ ਇਮਰਾਨ ਖਾਨ ਬਾਜ਼ੀ ਮਾਰ ਰਹੇ ਨੇ ਅਤੇ ਸਾਡੇ ਮੁੱਖ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਹਰ ਪਾਸਿਓਂ ਫੇਲ ਹੁੰਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਡਿੱਗਦੇ ਦਿਖਾਈ ਦਿੰਦੇ ਨੇ। ਪਰ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਦਾ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਿਉਂ ਇਹਨਾਂ ਸਾਰੇ ਫੈਸਲਿਆਂ ਦੇ ਵਿੱਚ ਫੇਲ ਹੋ ਰਿਹਾ ਹੈ? ਸਟੇਜਾਂ ਵੀ 2 ਲੱਗ ਰਹੀਆਂ ਨੇ, $20 ਦੀ ਫੀਸ ਵੀ ਪੰਜਾਬ ਸਰਕਾਰ ਪੇ ਨਹੀਂ ਕਰ ਰਹੀ ਹੈ, ਬਸ ਅਪੀਲਾਂ ਕੀਤੀਆਂ ਜਾ ਰਹੀਆਂ ਨੇ। ਤਾਂ ਦੂਜੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣੇ ਸੂਬੇ ਦੀ ਕੋਈ ਵੀ ਪਰਵਾਹ, ਕੋਈ ਚਿੰਤਾ ਕੈਪਟਨ ਅਮਰਿੰਦਰ ਸਿੰਘ ਕਰਦੇ ਦਿਖਾਈ ਨਹੀਂ ਦਿੰਦੇ। ਦਿੱਲੀ ਦੇ ਵਿੱਚ ਐਲਾਨ ਹੋ ਚੁੱਕਿਆ ਹੈ ਕਿ $20 ਦੀ ਫੀਸ ਸਰਕਾਰ ਪੇ ਕਰੇਗੀ, ਪਰ ਪੰਜਾਬ ਦੇ ਮੁੱਖ ਮੰਤਰੀ ਜਿੱਥੇ ਕਿ ਬਹੁਤਾਤ ਵਿੱਚ ਸਿੱਖ ਰਹਿੰਦੇ ਨੇ, ਜੋ ਦਰਸ਼ਨ ਲਈ ਜਾਣਗੇ, ਉੱਥੋਂ ਦੇ ਮੁੱਖ ਮੰਤਰੀ ਨੇ ਅਜੇ ਤੱਕ ਹਾਮੀ ਨਹੀਂ ਭਰੀ ਹੈ $20 ਦੀ ਫੀਸ ਪੇ ਕਰਨ ਦੇ ਲਈ। ਵੀ ਅਪੀਲਾਂ ਇਮਰਾਨ ਖਾਨ ਨੂੰ ਕੀਤੀਆਂ ਜਾ ਰਹੀਆਂ ਨੇ। ਇਸ ਬਾਰੇ ਤੁਹਾਡੀ ਜੋ ਵੀ ਰਾਏ ਹੈ ਇਸ ਖਬਰ 'ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ YouTube 'ਤੇ ਦਾ ਪੰਜਾਬ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਵਾਲਾ ਬਟਨ ਜ਼ਰੂਰ ਦਬਾਉਣਾ। ਅਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਸਾਡਾ ਪੇਜ ਲਾਈਕ ਕਰ ਲਓ ਤਾਂ ਜੋ ਤੁਸੀਂ ਪੰਜਾਬ ਦੀ ਕਿਸੇ ਵੀ ਅਹਿਮ ਖਬਰ ਤੋਂ ਖੁੰਝ ਨਾ ਸਕੋ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ।